ਹੁਣ ਲਿਸ਼ਕਾ ਦੀ ਆ, ਡੀਜ਼ਲ ਡੁਜ਼ਲ ਮਾਰਦਾ ਤੇ ਹੋਰ ਹੁਣ ਡੀਜ਼ਲ ਵੱਜਾ ਵਾ ਤੇ ਜੀਵ ਦਾ ਸਲਫ ਬਣ ਕੇ ਆ ਗਿਆ ਤੇ ਹੁਣ ਕੱਸਦਾ ਅਸੀਂ। ਅੱਜ ਟਰੈਕਟਰ ਧੋਵਾਂਗੇ, ਸਾਰੇ ਕੰਮ ਸਾਰਾ ਨਿਬੜ ਗਿਆ ਝੋਨੇ ਦਾ, ਧੋ ਕੇ ਫਿਰ ਗਰੀਸਾਂ ਗਰੂਸਾਂ ਮਾਰਦੇ ਟਰੈਕਟਰਾਂ ਨੂੰ। ਏਦਾਂ ਬੰਦੇ ਰੀਝ ਨਾਲ ਧੋ ਦਿੰਦੇ, ਮਸ਼ੀਨਰੀ ਕਿੱਥੋਂ ਗੱਲ 'ਚ। ਗੁੜਕੇ ਦੇ ਚਾੜ ਲਾ ਪਿੱਪਲੋਏ, ਗੰਦ ਗੁੰਦ ਸਾਰਾ ਆਪੇ ਤੁਰਿਆ ਆਊਗਾ ਤੇ ਅਗਲੇ ਬੰਨੇ ਲਾ ਦੇ। ਇਸ ਤਰ੍ਹਾਂ ਉਹਨੂੰ ਗਾਂ ਕਰਦੇ ਮਸ਼ੀਨ ਪਰਲੇ ਬਣ ਲਾ ਗਿਆ ਪਿੱਪਲਾ। ਉਹ ਗੇਰ ਵੇ ਗਾਂ ਪਛਾਂ ਕਰ ਥੋੜਾ ਜਿਹਾ। ਚੱਲ ਚਾੜ ਦੇ ਚਾੜ ਦੇ। ਰੇਸ ਕਰ ਲਾ ਬਸ, ਚੱਲ ਹੁਣ ਮਾਰ ਗੇੜਾ। ਅੱਜ ਆਪਾਂ ਰਾਣੀ ਸੁੰਦਰਾ ਦੇ ਮਾਰਿਆ ਪਾਣੀ, ਅੰਦਰ ਨਾ ਵੱਜੇ ਪਾਣੀ ਚੰਗਾ, ਆ ਬਾਹਰ ਕਵਰ ਕੁਵਰ ਸਾਰੇ ਮਗਰਾਲ ਮਰੂੜ ਇੱਕ ਵਾਰ ਧੋ ਦੇ ਯਾਰ। ਉਹ ਰਾਜੇ ਉਰੇ ਆ ਯਾਰ, ਟਾਕੀ ਮਾਰੀ ਮੇਰਾ ਵੀਰ ਲਿਸ਼ਕਾ ਦੀ ਅੱਜ ਬੁੱਗਾ ਇਹਦਾ। ਆਹ ਧੋ ਕੇ ਡੱਕਦੀ ਆ, ਜੀਭ 'ਤੇ ਪਾਣੀ ਮਾਰ ਕੇ ਕਟਰ ਧੋ ਕੇ ਟਰੈਕਟਰ ਧੋਣੇ ਸ਼ੁਰੂ ਕਰ ਦੇਣੇ ਅੱਜ ਬਸ। ਹੁਣ ਆਪਾਂ ਜਾਣ ਡੇ ਫਿਰ ਦਰਿਆਉ ਪਾਰ, ਪਿੰਡ ਸਾਰੇ ਬੰਦਿਆਂ ਦੀਆਂ ਰੋਟੀਆਂ ਰੱਖੀਆਂ ਦੇ ਕੇ ਜਾਂਦੇ ਹਾਂ। ਅੱਜ ਪਿੰਡ ਵੀ ਖਾਦ ਦਾ ਕੰਮ ਸ਼ੁਰੂ ਹੋ ਗਿਆ, ਅੱਜ ਗੱਡੀ ਨੂੰ ਪਾਣੀ ਪੂਣੀ ਮਾਰਿਆ, ਰੀਝ ਨਾਲ ਧੋਤੀ ਧਾਤੀ ਆ ਤੇ ਅੱਜ ਹਰ ਇੱਕ ਬੰਦਾ ਪੁੱਛਦਾ ਯਾਰ ਨਵੀਂ ਬਣਵਾਈ, ਤੇਰੀ ਲਿਬੜੀ ਹੋਣੀ ਪਈ ਉਦਣ ਦੀ, ਸਾਰਾ ਸੀਜ਼ਨ ਹੋ ਗਿਆ ਧੋਤੀ ਨਹੀਂ, ਇਹ ਆ ਚੱਲਦੀ ਵਿਚਾਰੀ ਅੱਛਿਆਂ ਰਾਵਾਂ ਦੇ ਪੱਕੀ ਤਾਂ ਕਰਕੇ। ਕਾਫੀ ਲੈ ਗਿਆ ਵਾ, ਆ ਵੇਖੋ ਕੱਲ ਆਪਾਂ ਜਿਹੜੀਆਂ ਟਰਾਲੀਆਂ ਸੀ ਫੱਟੇ ਜਿਹੜੇ ਪਾਣੀ ਦੇ ਵਿੱਚ ਲਾਏ,
ਅੱਜ ਵੇਖੋ ਦਰਿਆ ਦਿਆਂ ਹਿਸਾਬ ਨਾਲ ਅੱਧਾ ਫੁੱਟ ਦਰਿਆ ਥੱਲੇ ਚਲੇ ਗਿਆ। ਚਲੋ ਮਹਾਰਾਜ ਨੂੰ ਨੀਵਾਂ ਹੀ ਰੱਖੇ ਭਰਾਵਾ, ਸਮਾਂ ਸਮੇਂ ਲੱਗ ਜਾਣ। ਹੁਣ ਆਪਾਂ ਦਰਿਆ ਦੇ ਪਹੁੰਚ ਗਏ ਹਾਂ। ਤੁਹਾਨੂੰ ਦਿਖਾਉਣਾ ਜੀਪ ਧੋਤੀ ਬਣਾਈ, ਆਹ ਵੇਖੋ ਹੁਣ ਇਹਦਾ ਰੰਗ ਤੁਹਾਨੂੰ ਵੀ ਚੇਂਜ ਲੱਗਦਾ ਹੋਣਾ। ਨੰਦ ਨਾਲ ਫੋਨ ਵੇਖਣ ਡਿਆ, ਆਉਣ ਡਿਆ ਰੋਟੀਆਂ ਲੈਣ। ਰੋਟੀਆਂ ਲੈ ਕੇ ਜਾਂਦੇ ਹੁਣ ਤੇ ਅੱਜ ਦਰਿਆ ਲੱਤਾ ਵਾ। ਅੱਜ ਫਿਰਕੀ ਦੂਜੀ ਲੈਣ ਦੀ, ਨਵੀਂ ਦੋ ਫਿਰਕੀਆਂ ਪਾਉਣੇ ਰੱਸੇ ਨੂੰ। ਮਾਰਦਾ ਬੋਦਿਆਂ ਨੂੰ ਹੱਥ, ਅੱਜ ਬਾਹਲਾ ਸ਼ਾਂਤ ਵਗਣ ਡਿਆ ਦਰਿਆ। ਕੱਲ ਆਪਦੀ ਫੋਰਮ ਚ ਹੀ। ਲਓ ਜੀ, ਅੱਜ ਆਪਣੀ ਸਾਨੂੰ ਪਤਾ ਹੀ ਨਹੀਂ ਲੱਗਾ ਸਾਡੇ ਲਾਗੇ ਸੂਬੀ ਆ। ਅੱਜ ਕੁੱਤੀ ਸੂਬੀ ਆ, ਲਓ ਜੀ ਬੜੇ ਦਿਨਾਂ ਦੇ ਉਡੀਕਣੇ ਕੁੱਤੀ ਸੌਣ ਵਾਲੀ ਆ। ਅਸੀਂ ਅੱਜ ਸਵੇਰ ਦੀ ਏ ਸੀ 'ਚ ਪਾਈ, ਗਰਮੀ ਬੜੀ ਮਨਾਉਣ ਡਈ। ਅਤੇ ਅੱਜ ਸੂਬੀ ਅਜੇ ਇੱਕ ਹੀ ਬੱਚਾ ਦਿੱਤਾ। ਆਹ ਵੇਖੋ ਕਿਸਾਨ ਵੀਰੋ, ਸਭ ਤੋਂ ਪਹਿਲੇ ਦਿਨ ਦਾ ਲੱਗਾ ਝੋਨਾ। ਬੂਟੇ ਦੇ ਵਿੱਚ ਕਿਤੇ ਮਹਾਰਾਜ ਦੀ ਕਿਰਪਾ, ਕੋਈ ਵੀ ਅਜੇ ਬਿਮਾਰੀ ਦਾ ਸਿਮਟਮ ਨਹੀਂ ਹੈਗਾ। ਅੱਜ ਮੈਂ ਵੇਖ ਕੇ ਉਹਨੇ ਪੱਤਾ ਲਪੇਟ ਵੀ ਨਹੀਂ ਕਿਤੇ, ਅਤੇ ਨਾ ਹੀ ਕਿਤੇ ਕੀੜੀ ਆ। ਇਹਨੂੰ ਆਪਾਂ ਦੋਹਰੀ ਖਾਦ ਦੇ ਨਾਲ ਵਟਾਕੋ ਦਵਾਈ ਪਾਈ ਸੀ, ਅਜੇ ਕੋਈ ਵੀ ਬਿਮਾਰੀ ਦਾ ਕੋਈ ਬਿਮਾਰੀ ਦਾ ਸਿਮਟਮ ਨਹੀਂ ਹੈਗਾ। ਵੇਖ ਲਓ, ਮਾੜੀ ਮਾੜੀ ਵਿੱਚ ਅੰਗਰੇਜ਼ੀ ਵੀ ਸਿੱਖਣ ਡਿਆ। ਬਹੁਤ ਵਧੀਆ ਝੋਨੇ ਦੀ ਗਰੋਥ ਆ। ਬਾਕੀ ਜਿਹੜਾ 131 ਝੋਨਾ ਨਾ, ਉਹਦਾ ਵੱਖਰਾ ਹੀ ਰੂਪ ਆ। 110 ਦਾ ਇਹ ਆ ਵੀ ਇਹਦੇ ਪੱਤੇ ਥੋੜ੍ਹੇ ਥੋੜ੍ਹੇ ਖੱਟੇ ਖੱਟੇ ਜਿਹੇ ਰਹਿੰਦੇ ਆ। ਬਾਕੀ ਵੇਖੋ, ਇਹਨੂੰ ਬਿਮਾਰੀ ਘੱਟ ਪੈਂਦੀ ਆ। ਜਿੰਨੀ ਯਾਰ ਕਿ ਗਰਮੀ ਆ ਨਾ, ਗਰਮੀ ਹਿਸਾਬ ਨਾਲ, ਨਹੀਂ ਤਾਂ ਆਮ ਝੋਨੇ ਨੂੰ ਪੱਤਾ ਲਵੇੜ ਪੈ ਚੱਲੀ ਆ। ਇਹਨੂੰ ਟੈਕ ਆਇਆ ਹੈਗਾ ਸੀ ਪੱਤਾ ਲਵੇੜ ਦਾ, ਪਰ ਹੁਣ ਖਤਮ ਹੁੰਦਾ ਜਾਂਦਾ। ਫਿਰ ਹੁਣ ਇਸੇ ਕਰਕੇ ਸਾਰੇ ਪਾਣੀ ਪੂਣੀ ਸੁਕਾਤਾ ਵਾ ਝੋਨਾ। ਵੇਖੋ ਤੁਸੀਂ, ਆਹ ਟਰੈਕਟਰ ਦੀਆਂ ਲੀਆਂ, ਕਈ ਵੀਰ ਫੋਨ ਲਾਉਂਦੇ ਤੁਸੀਂ ਝੋਨਾ ਭਾਂਦੇ ਆ, ਦੇਖੋ ਆਹ ਵੇਖੋ ਕਿੰਨਾ ਕਿਤੇ ਪਤਾ ਲੱਗਦਾ। ਇਹਨਾਂ ਲੀਆਂ ਜੀ ਸਪਰੇਅ ਹੋ ਜਾਣੀ ਆ ਵੀਰ ਜੀ, ਸਾਡੀ ਮਜਬੂਰੀ ਬਣ ਗਈ ਆ।
ਪੀ ਆਰ ਲੇਬਰਾਂ ਤੋਂ ਸਾਰੇ ਦੁਖੀ ਆ, ਬੰਦੇ ਲੱਭਦੇ ਨਹੀਂ, ਹੁਣ ਕੱਖ ਕੱਢਣ ਡਏ ਹਾਂ ਅਤੇ ਕੱਖ ਕੱਢਣ ਲਈ ਬੰਦੇ ਨਹੀਂ ਲੱਭਣ ਡਏ, ਅਤੇ ਖਾਦ ਪਾਉਣੀ ਹੋਵੇ ਜਿੱਦਣ ਉੱਦਣ ਬੰਦੇ ਕਹਿੰਦੇ ਬਸ ਯਾਰ ਸਾਨੂੰ ਤਾਪ ਚੜਿਆ ਜਾਂ ਕੁਛ ਵੀ ਆ, ਅਤੇ ਕੰਮ ਲੇਟ ਹੋ ਜਾਂਦੇ ਮਜਬੂਰੀ ਦਾ ਕਰਕੇ। ਫਿਰ ਇਹ ਖੇਤੀ ਖੁੱਲ੍ਹੀ ਹੋਣ ਕਰਕੇ ਆਪਣਾ ਸਾਨੂੰ ਇਹ ਕੰਮ ਮਸ਼ੀਨਰੀ ਜਿਹੜੀ ਆ ਬਣਾਉਣੀ ਪਈ ਆ, ਅਤੇ ਹੁਣ ਸਪਰੇਅ ਕਰਾਂਗੇ, ਇਹਨੂੰ ਕੀੜੀ ਵਾਲੀ ਦਵਾਈ ਪਾ ਦਿੱਤੀ ਸੀ ਦੂਜੀ ਖਾਦ ਦੇ ਨਾਲ ਹੀ ਆਪਾਂ, ਅਜੇ ਕੋਈ ਵੀ ਬਿਮਾਰੀ ਦਾ ਸਿਮਟਮ ਨਹੀਂ ਹੈਗਾ, ਸਾਰੇ ਅੱਜ ਗੇੜਾ ਮਾਰ ਕੇ ਪਾਣੀ ਵਾਲੇ ਖੱਤੇ। ਇੱਥੇ ਨਾ ਥੋੜ੍ਹਾ ਸੀਮ ਦਾ ਇਲਾਕਾ ਵਾ ਅਤੇ ਪਾਣੀ ਸਕਾਏ ਨੂੰ ਮੈਨੂੰ ਪੂਰਾ 20 ਦਿਨ ਹੋ ਗਏ ਅੱਜ, ਕੁਛ ਕੁਛ ਖੱਤਿਆਂ ਨੂੰ ਪਾਣੀ ਫੇਰਨਾ ਪਿਆ ਫਿਰ ਦੁਬਾਰਾ, ਅਤੇ ਕੁਛ ਅਜੇ ਸੁੱਕ ਨਹੀਂ ਦਿਆ, ਇਸ ਕਰਕੇ ਹੁਣ ਮੈਂ ਸਾਰੇ ਟੋਟਲ ਨੀਵੇਂ ਨੂਵੇਂ ਖੱਤਿਆਂ ਨੂੰ ਵੇਖਣਾ ਆ ਵੀ ਕਿੱਦਾਂ ਬਿਮਾਰੀ ਦਾ ਕੋਈ ਲੱਛਣ, ਪਰ ਨਹੀਂ ਅਜੇ ਨਹੀਂ, ਕੋਈ ਕੀੜੀ ਕੁੜੀ ਨਹੀਂ ਹੈਗੀ, ਕੋਈ ਕੁਛ ਨਹੀਂ। ਆਹ ਜਿਹੜੀਆਂ ਨਲੀਆਂ ਆਪਾਂ ਝੋਨੇ ਵਾਲੀ ਪੈਲੀ ਨੂੰ ਉੱਚਾ ਕਰਨ ਲਈ ਪਟਾਈਆਂ ਸੀ, ਆਪਾਂ ਜ਼ਿਮੀਂਦਾਰ ਹੋ ਗਏ ਸਾਰੇ ਫਾਇਦੇ ਲਈਦੇ ਆ, ਇਹਨਾਂ ਦੇ ਵਿੱਚ ਆਵੇ ਸੰਘਾੜੇ ਪਾਏ ਆ, ਇਹ ਸੰਘਾੜਿਆਂ ਦੀ ਜ਼ਿੰਮੇਵਾਰੀ ਵੀਰ ਬੱਗੂ ਨੂੰ ਦਿੱਤੀ ਆ। ਆ ਵੇਖੋ ਕਿੱਡੇ ਸੋਹਣੇ ਮੱਲੇ ਪਿਆ, ਵੇਖੋ ਤਿਆਰ ਹੀ ਆ, ਬਸ ਹੁਣ ਥੋੜ੍ਹੇ ਦਿਨਾਂ ਨੂੰ ਲੈਣ ਡੈ ਪੈਂਦੇ ਹੁੰਦੇ, ਇਹਨਾਂ ਐਰਕੀ ਥੋੜ੍ਹੀ ਬਕੋਲੀ ਹੋ ਗਈ ਆ, ਚਲੋ ਜਿੰਨੇ ਹੋ ਜਾਣਗੇ। ਹੋਰ ਵੀਰ ਜੀ ਕੀ ਹਾਲ ਚਾਲ ਆ, ਅੱਜ ਆਪਾਂ ਬੈਠਿਆਂ ਬੈਠਿਆਂ ਇੱਕ ਵੀਡੀਓ ਵੇਖਣ ਡਏ, ਉਹਦੇ ਵਿੱਚ ਇੱਕ ਮੁੰਡਾ ਆਖਣ ਡਿਆ ਵੀ ਸਾਡੇ ਮਾਂ ਪਿਓ ਨੇ ਸਾਡੇ ਲਈ ਕੁਛ ਨਹੀਂ ਕੀਤਾ। ਯਾਰ ਇੱਦਾਂ ਦੀਆਂ ਗੱਲਾਂ ਕਰਨੀਆਂ ਬੜੀਆਂ ਸੌਖੀਆਂ, ਅਸੀਂ ਤਾਂ ਬੜੇ ਫਕਰਨਾਮੇ ਵੀ ਸਾਡੇ ਮਾਂ ਪਿਓ ਨੇ ਸਾਡੇ ਲਈ ਬਹੁਤ ਕੁਛ ਕੀਤਾ, ਉਹਨਾਂ ਦੀ ਕਮਾਈ ਦੇ ਉੱਤੇ ਹੀ ਰਾਜ ਭਾਗ ਕਰਨ ਦੇ ਨਾਲ ਨਜ਼ਾਰੇ ਲੈਣ ਡਿਆ ਉਹਨਾਂ ਦੇ ਪੈਰਾਂ ਪਿੱਛੇ, ਹੁਣ ਜਿੰਨਾ ਹੋ ਸਕੇ ਉਹਨਾਂ ਨੂੰ ਸੁੱਖ ਦਵਾਉਣ ਦੀ ਕੋਸ਼ਿਸ਼ ਕਰਨ ਡਿਆ। ਬਾਕੀ ਮਹਾਰਾਜ ਦੇ ਵਾਸਤਾ ਜਿਹੜਾ ਸੁੱਖ ਵਾ ਉਹ ਪੈਸੇ ਨਾਲ ਨਹੀਂ ਆ, ਉਹ ਬੰਦੇ ਦੇ ਕਰਮਾਂ ਨਾ ਅਤੇ ਬੰਦੇ ਦੀ ਕਮਾਈ ਨਾ। ਇਸ ਕਰਕੇ ਮੇਰੇ ਵੀ ਆਪਾਂ ਆਖ ਦਿੰਦੇ ਹਾਂ ਵੀ ਸਾਡੇ ਮਾਂ ਪਿਓ ਨੇ ਸਾਡੇ ਲਈ ਕੁਛ ਨਹੀਂ ਕੀਤਾ, ਅਤੇ ਤੁਸੀਂ ਵੀ ਆਪਦੇ ਜਵਾਕ ਨੂੰ ਇਹ ਮੌਕਾ ਨਾ ਦਿਓ ਵੀ ਉਹ ਵੀ ਇਹ ਗੱਲ ਆਖੇ ਵੀ ਸਾਡੇ ਮਾਂ ਪਿਓ ਨੇ ਸਾਡੇ ਲਈ ਕੁਛ ਨਹੀਂ ਕੀਤਾ, ਜੇ ਤੁਸੀਂ ਆਖ ਸਕਦੇ ਹੋ। ਇਸ ਕਰਕੇ ਕਈ ਵੀਰਾਂ ਨੂੰ ਸਮਝਾਉਂਦੇ ਰਹੀਦਾ, ਨਸ਼ੇ ਪੱਤੇ ਕਰਦੇ ਆ ਨਿੱਕੀ ਨਿੱਕੀ ਉਮਰ ਆ, ਉਹਨਾਂ ਨੂੰ ਆਖੀਦਾ ਵੀ ਯਾਰ ਇਹ ਕੰਮ ਨਾ ਕਰੋ, ਅਤੇ ਬੜਾ ਸਮਝਾਈਦਾ ਉਹਨਾਂ ਨੂੰ, ਅਤੇ ਨਹੀਂ ਅਜੇ ਇਹਨਾਂ ਨੂੰ ਅਜੇ ਇੰਨਾ ਬਾਅਦ 'ਚ ਪਤਾ ਲੱਗਣਾ ਜਿੰਨੇ ਚਿਰ ਨੂੰ ਸਾਰਾ ਘੋ ਵਿਗੜ ਜਾਂਦਾ। ਅਤੇ ਮੇਰੇ ਵੀਰ ਵੱਧ ਤੋਂ ਵੱਧ ਕਮਾਈ ਕਰਿਆ ਕਰੋ, ਹੱਕ ਸੱਚ ਦੀ ਕਮਾਈ ਕਰੋ, ਜਿਹੜੀ ਦੋ ਨੰਬਰ ਦੀ ਕਮਾਈ ਆ ਉਹ ਦਿੰਦੀ ਆ ਮਾੜੀ, ਇੱਕ ਨੰਬਰ ਦੀ ਕਮਾਈ ਕਰੋ, ਅਤੇ ਦੂਜਾ ਆਪਣੇ ਜਿੰਨਾ ਵੀ ਹੋ ਸਕੇ ਦੋ ਨੰਬਰ ਦੇ ਪੈਸੇ ਤੋਂ ਬਚ ਕੇ ਰਹੋ, ਜਿਹੜੀ ਹੱਕ ਸੱਚ ਦੀ ਕਮਾਈ ਆ ਉਹ ਤੁਹਾਡੇ ਨਾਲ ਜਾਣੀ ਆ, ਉਹਨੇ ਕਿਤੇ ਨਹੀਂ ਜਾਣਾ, ਉਹਨੇ ਗਾਂ ਬੱਚਿਆਂ ਨੂੰ ਵੀ ਚੰਗੀ ਸੇਧ ਦੇਣੀ ਆ ਅਤੇ ਚੰਗਾ ਕੰਮ ਕਰਨ ਲਈ ਜਿਹੜੀ ਆ ਜਾ ਸਿਖਾਉਣੀ ਆ, ਹਮੇਸ਼ਾ ਆਪਦੇ ਬੱਚਿਆਂ ਨੂੰ ਚੰਗਾ ਜੀਵਨ ਸਿਖਾਓ, ਅਤੇ ਬਾਕੀ ਚੰਗੀ ਕਿਰਤ ਕਰੋ, ਅਤੇ ਆਪੇ ਮਹਾਰਾਜ ਪੱਤੀ ਵਾਰ ਨਹੀਂ ਲੱਗਣ ਦਿੰਦਾ। ਜੇ ਆਪਾਂ ਮਾੜੀ ਕਮਾਈ ਕਰਾਂਗੇ ਤਾਂ ਵਾਹਿਗੁਰੂ ਨੇ ਇਹੋ ਜਿਹੀ ਸੰਗਤ ਨਾਲ ਮਿਲਾ ਦੇਣਾ ਵੀ ਬੰਦਾ ਜਦੋਂ ਵਧੀ ਮਾੜੀ ਸੰਗਤ 'ਚ ਬਹਿ ਜਾਂਦਾ। ਬਾਕੀ ਜਦੋਂ ਮੱਤ ਮਾਰਦਾ ਨਾ ਇਨਸਾਨ ਦੀ, ਉਦੋਂ ਇਨਸਾਨ ਨੂੰ ਪਤਾ ਨਹੀਂ ਲੱਗਦਾ, ਜਿੰਨਾ ਮਰਜ਼ੀ ਸਿਆਣਾ ਹੋਵੇ ਜਿੰਨਾ ਮਰਜ਼ੀ ਚਲਾਕ ਹੋਵੇ, ਜਦੋਂ
ਗੁਰੂ ਮਹਾਰਾਜ ਨੇ ਉੱਤੋਂ ਹੱਥ ਚੁੱਕ ਲਿਆ ਨਾ, ਫਿਰ ਨਾ ਤਾਂ ਕੋਈ ਸਿਆਣਪ ਚੱਲਣੀ ਆ ਅਤੇ ਨਾ ਹੀ ਕੋਈ ਚਤਰਾਈ ਚੱਲਣੀ ਆ। ਇਸ ਕਰਕੇ ਮੇਰੇ ਵੀਰ ਜਦੋਂ ਵੀ ਤੁਸੀਂ ਕੰਮ ਕਰਦੇ ਆ, ਵਾਹਿਗੁਰੂ ਦਾ ਸ਼ੁਕਰ ਕਰਿਆ ਕਰੋ ਵੀ ਸਾਨੂੰ ਤੁਸੀਂ ਇੰਨੇ ਯੋਗਾ ਸਰੀਰ ਬਖਸ਼ਿਆ, ਇੰਨੇ ਯੋਗਾ ਦਿਮਾਗ ਬਖਸ਼ਿਆ ਵੀ ਅਸੀਂ ਕੰਮ ਕਰਨਾ। ਹਰ ਇੱਕ ਇਨਸਾਨ ਯਾਰ ਇੱਕੋ ਜਿਹਾ ਨਹੀਂ ਹੁੰਦਾ, ਕੋਈ ਕੰਮ ਘੱਟ ਕਰਨ ਵਾਲੇ ਹੁੰਦੇ, ਕੋਈ ਵੱਧ ਕਰਨ ਵਾਲੇ ਹੁੰਦੇ ਆ। ਇਸ ਕਰਕੇ ਇਹ ਸ਼ੁਕਰ ਕਰਿਆ ਕਰੋ ਵੀ ਮੈਂ ਵੱਧ ਕੰਮ ਕੀਤਾ, ਵੀ ਮੈਂ ਇੰਨੇ ਯੋਗਾ ਹੈਗਾ ਸੀ ਅਤੇ ਮੈਂ ਵੱਧ ਕਰ ਲਿਆ। ਮਨ ਦੇ ਵਿੱਚ ਕਦੀ ਵੀ ਇਹ ਗੱਲ ਨਹੀਂ ਲਿਆਉਣੀ ਵੀ ਫਲਾਨਾ ਵੱਧ ਕੰਮ ਢਿਮਕੜਾ ਘੱਟ ਕੰਮ। ਇਸ ਕਰਕੇ ਜਿਹੜਾ ਆਪਣਾ ਇਕੱਠ ਦੇ ਵਿੱਚ ਬਰਕਤ ਆ ਨਾ, ਉਹ ਕਿਸੇ 'ਚ ਬਰਕਤ ਨਹੀਂ ਹੈਗੀ। ਇਹਨੂੰ ਸਾਂਭ ਕੇ ਰੱਖੋ, ਇਹਦੀ ਕਮਾਈ ਜਿਹੜੀ ਆ ਉਹ ਯਾਰ ਇੱਕ ਗੁਰੂ ਘਰ ਸਮਝ ਲਓ ਅਤੇ ਇੱਕ ਇਕੱਠ ਸਮਝ ਲਓ, ਇੱਕ ਇਹ ਚੀਜ਼ ਆ। ਅਤੇ ਵਾਹਿਗੁਰੂ ਦਾ ਨਾਮ ਜਪ ਕੇ ਸ਼ੁਕਰ ਕਰਿਆ ਕਰੋ। ਅਤੇ ਅੱਜ ਉਹ ਬੰਦੇ ਨੂੰ ਮੈਂ ਇਹੋ ਆਹਨਾ ਵੀ ਇਹ ਦਿਮਾਗ ਦੇ ਵਿੱਚ ਗੱਲਾਂ ਨਾ ਲਿਆ, ਉਹ ਕਮਾਈ ਕਰਿਆ ਕਰੋ ਵੀ ਜੋ ਮਾਂ ਪਿਓ ਨੇ ਆਪਣੇ ਲਈ ਕੀਤਾ ਉਹਨਾਂ ਹੀ ਕੀਤਾ, ਸਾਡੇ ਦੇ ਮਾਂ ਪਿਓ ਨੇ ਸਾਡੇ ਲਈ ਬਹੁਤ ਕੁਛ ਕੀਤਾ। ਮੈਂ ਨਾ ਵੀ ਯਾਰ ਉਹਨਾਂ ਦੀ ਕਮਾਈ, ਉਹਨਾਂ ਦੇ ਸਾਰੀ ਉਮਰ ਪੈਰ ਧੋ ਧੋ ਪੀ ਜਾਈਏ ਅਤੇ ਤਾਂ ਵੀ ਨਹੀਂ ਹੈਗਾ। ਉਹਨਾਂ ਦਾ ਕੀਤੇ ਕੰਮਾਂ ਦੇ ਹੀ ਰਾਜ ਭਾਗ ਭੋਗਣ ਡੇ, ਯਾਰੀ ਲੈਣ ਡੇ। ਵਾਹਿਗੁਰੂ ਸਾਰਿਆਂ ਦਾ ਸ਼ੁਕਰ, ਸਬਰ ਸੰਤੋਖ ਰੱਖੇ ਅਤੇ ਚੜ੍ਹਦੀ ਕਲਾ ਬਖਸ਼ੇ। ਅਤੇ ਸਾਰੇ ਮੇਰੇ ਵੀਰ ਨਿਮਰਤਾ ਨਾਲ ਪ੍ਰੇਮ ਭਾਗ ਨਾਲ ਰਿਹਾ ਕਰੋ, ਚੜ੍ਹਦੀ ਕਲਾ 'ਚ ਰਿਹਾ ਕਰੋ, ਕਿਸੇ ਨਾਲ ਈਰਖਾ ਵਿਰੋਧ ਨਾ ਕਰਿਆ ਕਰੋ। ਅੱਜ ਆਪਣਾ ਬਲੌਗ ਦਾ ਇੱਥੇ ਸਮਾਪਤ ਹੁੰਦਾ। ਸਾਰੇ ਵੀਰ ਵੀਰ ਚੰਗੀਆਂ ਚੰਗੀਆਂ ਗੱਲਾਂ ਦੱਸਿਆ ਕਰੋ, ਕੁਛ ਜਿਹੜਾ ਵਾ ਤੁਹਾਡੇ ਇੱਕ ਦੂਜੇ ਨਾਲ ਸ਼ੇਅਰ ਕਰਦੇ ਰਿਹਾ ਕਰੋ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ। ਹੁਣ ਬਈਆਂ ਨੇ ਬਾਹਲਾ ਜ਼ਿਆਦਾ ਗੰਦ ਪਾਇਆ ਹੈ, ਹੁਣ ਮੈਂ ਅਤੇ ਕੁਲਦੀਪ ਨੇ ਆਣ ਕੇ ਸਫਾਈ ਕੀਤੀ ਹੈ ਸਾਰੇ ਜਿੰਮ ਦੀ। ਵੇਖਾਂਗੇ ਭਲਕ ਤੋਂ ਲਾਇਆ ਕਰਾਂਗੇ, ਅੱਜ ਤਾਂ ਘੱਟਾ ਬਹੁਤ ਆ।